ਹੋਰ ਕਿਵੇਂ ਵਧੀਆ ਸਾਰੇ ਠੀਕ ਠਾਕ ਤੇ ਆਪਣੀ ਹੋ ਗਈ ਆ ਤਿਆਰੀ ਭਾਮ ਦੀ ਨਾਨਕੇ ਜਾਣ ਦੀ ਹਰਮਨ ਹੋਣੀ ਆਏ ਸੀ ਇੱਥੇ ਰੱਖੜੀ ਲੈ ਕੇ ਮੇਰੇ ਵਾਸਤੇ ਤੇ ਮੈਂ ਤਾਂ ਰੱਖੜੀ ਬੰਨ ਲਈ ਆ ਮੈਨੂੰ ਬੰਨਤੀ ਤਨੂ ਨੇ ਹੁਣ ਆਪਾਂ ਚੱਲੇ ਹਾਂ ਭਾਮ ਕਿਉਂਕਿ ਭਾਮ ਆ ਮੰਮੀ ਜੀ ਦੇ ਤੇ ਮਾਸੀ ਜੀ ਦੇ ਪੇਕੇ ਉੱਥੇ ਰੱਖੜੀ ਲੈ ਗਏ रखो रखो समान फिर इधर तान शो भी आया हो चलो चलिए फिर चलो जी उधर हरमन दी गड्डी चलिए उधर जीतू डॉन भी मगर खलोता और जहां पर हमको आ गई है ठीक करता ओही कम जितो मैं डरदा सी नहीं आपा तुरके छिक मारी लागी ब्रेक हरमन दी गड्डी दी चलो कोई नहीं रस्ते चो आपां मम्मी जी ने रखड़ियां खरीदनियां हैं ना होर की मासी जी हुण अपनियां रखड़ियां रेडी करनगे सही गल है नहीं पता लगता क्योंकि सारे जाने जिदा जलेबी वाला ना ओ चीज बनी पई है सारे दे नाल एक फैमिली दे नाल तीन तीन चार चार रिश्ते बने पे आ नहीं चोर नाले
ਸਾਨੂੰ ਤੈਨੂੰ ਅਵਾਰਡਿੰਗ ਹੀ ਨਹੀਂ ਆਈ ਮੈਨੂੰ ਪਤਾ ਹੀ ਨਹੀਂ ਸਿਖਾ ਕੀ ਆ ਖਾਣ ਹੁੰਦੇ ਨੇ ਪੜੇ ਆ ਕਿ ਨਹੀਂ ਈਡੀਅਮਸ ਪੜੇ ਆ ਪੜੇ ਹਾਂਜੀ ਇਹਨੇ ਇੰਗਲਿਸ਼ ਚ ਪੜੇ ਆ ਸੇ ਪੰਜਾਬੀ ਚ ਪੜੇ ਆ ਇੱਕੋ ਹੀ ਗੱਲ ਆ ਹਾਂਜੀ ਆਪਾਂ ਪਹੁੰਚ ਗਏ ਆ ਜੀ ਕਮਾਣੀ ਤੇ ਹੁਣ ਇੱਥੋਂ ਖਰੀਦਣਗੇ ਮੰਮੀ ਰੱਖੜੀ ਮੰਮੀ ਨੂੰ ਲੱਗਦਾ ਗੱਡੀ ਚੋਂ ਨਹੀਂ ਨਿਕਲ ਕੇ ਆਏ ਮੈਂ ਹੀ ਖਰੀਦਾਂਗੀ ਮੰਮੀ ਚੱਲ ਆ ਜਾ ਫਿਰ ਖਰੀਦਾਂਗੇ ਤੈਨੂੰ ਆਪਾਂ ਜਾਓ ਜਾਓ ਭਾਜੀ ਓਕੇ ਹਾਂਜੀ ਰੱਖੜੀ ਤੇ ਲਈ ਆ ਪ੍ਰੀਤ ਨੇ ਲੈ ਤੇ ਕਿਹੜੀ ਰੱਖੜੀ ਲਈ ਓ ਵਾਓ ਚੱਲ ਆ ਜਾ ਹੁਣ ਮੰਮਾ ਨੂੰ ਦੇ ਦਈਏ ਜਾ ਕੇ ਮੰਮੀ ਬਿਠੇ ਆ ਉਹ ਵਾਲੀ ਗੱਡੀ ਦੇ ਵਿੱਚ ਤੇ ਹੁਣ ਆਪਾਂ ਪਾਤੇ ਚੱਲੇ ਕਿਉਂਕਿ ਆਪਾਂ ਰੱਖੜੀਆਂ ਲਈਆਂ ਹਾਂਜੀ ਗੱਲ ਇਹ ਆ ਕਿ ਕਿਤੇ ਮੰਮੀ ਜੀ ਦੇ ਪੇਕੇ ਆ ਨਾ ਉੱਥੇ ਮੇਰੀ ਭੂਆ ਜੀ ਆ ਮੰਮੀ ਦਾ ਜਿਹੜਾ ਭਤੀਜਾ ਵਾ ਉਹ ਵੀ ਮੇਰਾ ਭਰਾ ਲੱਗਦਾ ਤੇ ਜਿਹੜੇ ਮੰਮੀ ਦਾ ਬ੍ਰਦਰ ਆ ਉਹ ਮੇਰੇ ਫੁੱਫੜ ਜੀ ਲੱਗਦੇ ਨੇ ਇਸ ਕਰਕੇ ਸਾਡਾ ਸੇਮ ਸੇਮ ਹੀ ਆ ਸਿਸਟਮ ਦੋਵਾਂ ਜਾਣਿਆਂ ਦਾ ਮੰਮੀ ਦਾ ਤੇ ਮੇਰਾ ਲਓ ਜੀ ਆਪਾਂ ਪਹੁੰਚ ਗਏ ਆ ਆਪਣੇ ਨਾਨਕੇ ਪਿੰਡ ਲੱਗਦਾ ਕਿਸੇ ਨੇ ਗੇਟ ਨਹੀਂ ਖੋਲਿਆ ਮਾਸੀ ਜੀ ਆਪ ਡੇ ਗੇਟ ਖੋਲਣ ਕੋਈ ਨਹੀਂ ਕਈ ਕਈ ਵਾਰੀ ਹੋ ਹੀ ਜਾਂਦਾ ਇਦਾਂ ਵਾਧਾ ਘਟਾ ਵਾਧਾ ਘਟਾ ਗੇਨੇ ਆ ਉਹ ਕਿਹੜੇ ਕਿਹੜੇ ਮੈਂਬਰ ਗਾੜੀ ਮਿਲਦੇ ਆ ਹਨਾ ਨਾਨੀ ਪਹਿਲੇ ਨੰਬਰ ਤੇ ਹੋਣਗੇ ਹੂੰ ਨਾਨੀ ਮਾਮੀ ਨਾਨੀ ਦਾ ਪਤਾ ਨਹੀਂ ਮਾਮੀ ਪਹਿਲੇ ਨੰਬਰ ਤੇ ਆ ਅੱਜ ਮਾਮੀ ਅੱਜ ਮਾਮੀ ਕਰ ਕਰ ਲੈ ਸਸਿਆ ਮਾਮੀ ਜੀ ਕਿੱਦਾਂ ਹੈ ਕਿਵੇਂ ਦਾ ਰਿਹਾ ਸਫ਼ਰ ਸਫ਼ਰ ਬਹੁਤ ਵਧੀਆ ਸੀ ਝੜਕੇ ਬਹੁਤ ਸੀ ਉਹਦੇ ਨਾਕਾ ਲੱਗਾ ਸੀ ਫਿਰ ਮੈਂ ਕਿਹਾ ਇਹਨਾਂ ਨੂੰ ਬੈਠਾ ਲਾਓ ਸਸਿਆ ਵੀ ਜੀ ਬੱਲੇ 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 ਸਸਿਆ ਵੀ ਜੀ ਮੁੜਕੇ ਵਾਲੇ ਤੇਰੀ ਬੇਬੇ ਲਿੰਬੜੀ ਦਿੰਬੜੀ ਦਾ ਮੈਨੂੰ ਜੱਫੀ ਵਾਟੀ ਕੱਢਦੇ ਗਾਣੇ ਵਾਲੇ ਹਰਮਨ ਇਹ ਬੀਬੀ ਦਾ ਸੌਂਗ ਰਿਲੀਜ਼ ਕਰਵਾਇਆ ਜਾਊਗਾ ਬਾਹਰ ਗਿਆ ਖਰਾਬ ਕਰਤਾ ਭਰਾਵਾ ਅੰਦਰ ਭਾਬੀ ਵੀ ਹੈਗੀ ਆ ਭਾਬੀ ਨੂੰ ਮਿਲ ਗਏ ਹੋਰ ਨਾ ਗੁੱਸੇ ਹੋ ਜਾਣਗੇ ਉੱਥੇ ਮਿਲ ਜਾਂਦੇ ਹੋਰ ਚਲੋ ਚੱਕਰ ਪਤਾ ਲੱਗਣਾ ਵੀ ਨੀ ਕਿਉਂਕਿ ਤੁਹਾਡੇ ਨਾਲ ਵੀ ਤੁਹਾਨੂੰ ਇਹ ਭੂਆ ਜੀ ਆਉਂਦੇ ਆ ਤਾਂ ਕਰਕੇ ਚੱਕਰ ਪੈਂਦਾ ਹਾਂਜੀ ਰਾਤ ਦੇ ਅਸੀਂ ਪਹੁੰਚ ਗਏ ਸੀ ਨਾਨਕੇ ਤੇ ਰਾਤੀ ਤੇ ਚਲੋ ਰੱਖੜੀ ਬੰਨੀ ਨੀ ਹਨੇਰਾ ਹੋ ਗਿਆ ਸੀ ਹੁਣ ਮੰਮੀ ਜਿਹੜਾ ਦੋਵਾਂ ਮਾਮੇ ਦੀਆਂ ਰੱਖੜੀਆਂ ਦੇਣਗੇ ਸਮਾਨ ਅਸੀਂ ਰੈਡੀ ਕਰ ਲਿਆ ਵਾ ਅਤੇ ਮੈਂ ਜਿੱਦਾਂ ਤੁਹਾਨੂੰ ਅੱਗੇ ਵੀ ਦੱਸਿਆ ਹੋਇਆ ਵਾ ਮੰਮੀ ਦੇ ਇੱਥੇ ਪੇਕੇ ਨੇ ਅਤੇ ਮੇਰੇ ਇੱਥੇ ਭੂਈ ਜੀ ਨੇ ਮੰਮੀ ਦੇ ਜਿਹੜੇ ਭਤੀਜੇ ਆ ਉਹ ਮੇਰੇ ਭਰਾ ਲੱਗਦੇ ਆ ਅਤੇ ਜਿਹੜੇ ਮੇਰੇ ਫੁੱਫੜ ਜੀ ਆ ਉਹ ਮੰਮੀ ਦੇ ਭਰਾ ਲੱਗਦੇ ਆ ਇਸ ਕਰਕੇ ਸਾਡਾ ਦੋਵਾਂ ਨੂੰ ਸੱਸ ਦਾ ਨਾ ਕੰਮ ਰੀਮਿਕਸ ਜਿਹਾ ਹੀ ਆ ਚੱਲੀਏ ਫਿਰ ਅਸੀਂ ਇਕੱਠੇ ਜਾਣੇ ਮੰਨਦੇ ਹਾਂ ਰੱਖਣੇ ਆ ਜਾਓ ਅਤੇ ਹੁਣ ਵੀਰ ਜੀ ਜਿਹੜੇ ਆ ਉਹ ਬਾਹਰ ਆ
ਤੇ ਭਾਬੀ ਜੀ ਨੂੰ ਅਸੀਂ ਰੱਖੜੀ ਬੰਨਾਂਗੇ ਤੇ ਭਾਬੀ ਜੀ ਨੂੰ ਅਸੀਂ ਗਿਫਟ ਵੀ ਦੇਵਾਂਗੇ ਵਾਲਾ ਤੇ ਛੋਟੇ ਮਾਮਾ ਜੀ ਵੀ ਬਾਹਰ ਆ ਉਹਨਾਂ ਦੇ ਬੇਟਾ ਇੱਥੇ ਆ ਤੇ ਉਹਨਾਂ ਦੇ ਵੀ ਬੇਟੇ ਨੂੰ ਰੱਖੜੀ ਬੰਨਾਂਗੇ ਚਲੋ ਫਿਰ ਚਲੋ ਇੱਧਰ ਪੂਈ ਜੀ ਤੇ ਭਾਬੀ ਜੀ ਰੈਡੀ ਨੇ ਰੱਖੜੀ ਆਪਣੀ ਬਿਲਕੁਲ ਰੈਡੀ ਸੰਗਤਾਂ ਦੀ ਰੈਡੀ ਤਾਂ ਵਧੀਆ ਨੇ ਪਪੂ ਜੀ ਨੂੰ ਦੋਰੇ ਦੋਰੇ ਦਿੱਸੇ ਆ ਰੇ ਹੁਣ ਹਾਂ ਭਾਬੀ ਜੀ ਉੱਧਰ नवी पीढ़ी पहली पीढ़ी अजे नहीं बड़े रखड़ी प्रीत बांधी पई आ ਸਮਸ਼ੇਰ ਸਿੰਘ ਦੇ ਵੰਡੇ ਦੀ ਉਹ ਦਿਖਾ ਦੋ ਫੋਟੋ ਨਾ ਵੀਰਾਂ ਨਵੀਂ ਰੋਈ ਭੈਣਾਂ ਦੇ ਤੇ ਭੈਣਾਂ ਉਹਨਾਂ ਰੱਖਣ ਲੱਗੇ ਇਹ ਆ ਜੀ ਸ਼ੇਰ ਸਿੰਘ ਜਿਨ੍ਹਾਂ ਦੇ ਵੰਡੇ ਦੀ ਰੱਖੜੀ ਬੱਧੀ ਆ ਗਈ ਰਿਆੜ ਸਾਹਿਬ ਚਲੋ ਮੁੰਨਾ ਕਿ ਤੂੰ ਮੂੰਹ ਟੜਾ ਲਾ ਫੋਟੋ ਨਹੀਂ ਕਰਿਆ ਉਹ ਜੀ ਨਹੀਂ ਕਰ ਮੰਮੀ ਵੀ ਨਹੀਂ ਖਾਣਾ ਮੈਂ ਜੂ ਖਾਣਾ ਖਾਣਾ ਮੰਮੀ ਜੀ ਜੀ ਉਹ ਪੁਈ ਜੀ ਨੂੰ ਛੋੜਾ ਦੇ ਖਾਣਾ ਨਾ ਪਾਦੋ ਨਾ ਪਾਦੋ ਉਹ ਪੁਈ ਜੀ ਇਹਨੇ ਬਾਰੇ ਥੋੜਾ ਗਿਆ ਨਾ ਨਾ ਬਹੁਤ ਸਹੀ ਗੱਲ ਮਿੱਠੇ ਦਾ ਸਬਰ ਤੇ ਉਹੀ ਜਿਹੜਾ ਮੂੰਹ ਜੀ ਖੋਲ ਜੇ ਉਹ ਆਪਣੇ ਜਾ ਮੰਮੀ ਦਾ ਤੋਂ ਥੱਲੇ ਨਾ ਜਾਵੇ ਮੰਮੀ ਦਾ ਮੰਮੀ ਨੂੰ ਮੈਂ ਸ਼ੂਗਰ ਕਰਕੇ ਮੰਮੀ ਨੂੰ ਵੀ ਨਹੀਂ ਦਿੱਤਾ ਜਿਆ ਮੂੰਹ ਤੋਂ ਮਿੱਠਾ ਕਰਾਓ ਦੇਖੋ ਇਹ ਆਪਣੀ ਮੰਮੀ ਨੂੰ ਥੋੜਾ ਜਿਹਾ ਦੇਖ ਮੇਰੀ ਮੰਮੀ ਨੂੰ ਥੋੜਾ ਜਿਹਾ ਆਪਣੀ ਮੰਮੀ ਨੂੰ ਦਿੱਤਾ ਹੀ ਨਹੀਂ ਮੰਮੀ ਮੇਰੀ ਨੂੰ ਵੀ ਸ਼ੂਗਰ ਆ ਆਪਣੀ ਮੰਮੀ ਦੀ ਟੈਨਸ਼ਨ ਹੋ ਗਈ ਆਪਣੀ ਮੰਮੀ ਦੀ ਜ਼ਿਆਦਾ ਫਿਕਰ ਹੈ ਤੁਹਾਡੀ ਮੰਮੀ ਦੀ ਫਿਕਰ ਹੀ ਨਹੀਂ ਕਿਆ ਕਿ ਫਿਕਰ ਨਹੀਂ ਆ ਇੰਨਾ ਗਿਫਟ ਵੇ ਲੋ ਮੰਮੀ ਤੇਰੇ ਪੈਸੇ ਆ ਤੇ ਮੰਮੀ ਦਾ ਸੂਟ ਆ ਚਲ ਕੋਈ ਜੀ ਮੇਰੀ ਗੱਲ ਸੁਣੋ ਤੁਸੀਂ ਪੈਸੇ ਛੋੜੇ ਕਰ ਕੋਈ ਨਹੀਂ ਤੁਸੀਂ ਯਾਰ ਮੈਂ ਰੱਖ ਲੈਣਾ ਠੀਕ ਆ ਕਰਦੇ ਹੀ ਠੀਕ ਆ ਰੱਖ ਲਾ ਵੇ ਨਹੀਂ ਨਾ 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 ਬਹੁਤ ਹੈ ਮੈਂ ਨਹੀਂ ਆਦਾ ਹਾਂ ਆਪਣੀ ਮੰਮੀ ਦੀ ਟੈਨਸ਼ਨ ਹੋ ਗਈ ਆਪਣੀ ਮੰਮੀ ਦੀ ਜ਼ਿਆਦਾ ਫਿਕਰ ਹੈ ਤੁਹਾਡੀ ਮੰਮੀ ਦੀ ਫਿਕਰ ਹੀ ਨਹੀਂ ਕਿਆ ਕਿ ਫਿਕਰ ਨਹੀਂ ਆ ਇੰਨਾ ਗਿਫਟ ਵੇ ਲੋ ਮੰਮੀ ਤੇਰੇ ਪੈਸੇ ਆ ਤੇ ਮੰਮੀ ਦਾ ਸੂਟ ਆ ਚਲ ਕੋਈ ਜੀ ਮੇਰੀ ਗੱਲ ਸੁਣੋ ਤੁਸੀਂ ਪੈਸੇ ਛੋੜੇ ਕਰ ਕੋਈ ਨਹੀਂ ਤੁਸੀਂ ਯਾਰ ਮੈਂ ਰੱਖ ਲੈਣਾ ਠੀਕ ਆ ਕਰਦੇ ਹੀ ਠੀਕ ਆ ਰੱਖ ਲਾ ਵੇ ਨਹੀਂ ਨਹੀਂ ਨਾ ਨਾ ਬਹੁਤ ਹੈ ਮੌਕਾ ਹੀ ਮੌਕਾ ਮੌਕਾ ਹੀ ਵਿਕਰਿਆ ਕੋਈ ਨਹੀਂ ਮੌਕਾ ਹੀ ਨਾ ਜੀ ਨਹੀਂ ਨਹੀਂ ਬਹੁਤ ਹੈ ਨਹੀਂ ਨਹੀਂ ਦੇਖੋ ਸੋਣਾ ਹਾਂ ਮੰਮੀ ਦਾ ਸੂਟ ਮਿਲਿਆ ਹਾਂ ਆ ਕੇ ਪਾ ਕੇ ਆਉਣਾ ਹੈ ਠੀਕ ਆ ਮਾਇਆ ਬੰਦੇ चलो जी प्यार मोहब्बत ही चाहिए है मौका ही हो मौका ही ना जी नहीं नहीं सूट देखो सोना हां मम्मी ने सूट मिलया हां सुहा के पा के आना है ठीक है ना आया मम्मी चलो जी प्यार मोहब्बत ही चाहिए है ਉਹ ਤੈਨੂੰ ਇਧਰ ਕਰਦੀ ਵੀ ਡਾਂਸ ਤੇ ਪਲਟਨ ਚੱਲੀ ਆ ਦੂਜੇ ਮਾਮਾ ਜੀ ਘਰ ਛੋਟੇ ਮਾਮਾ ਜੀ ਘਰੇ ਪਹਿਲੋਂ ਵੱਡੇ ਮਾਮਾ ਜੀ ਦੇ ਘਰ ਲੱਗੀ ਤੇ ਹੁਣ ਛੋਟੇ ਜਿੱਦਾਂ ਵੀਰ ਜੀ ਦੇ ਘਰੇ ਚਲੋ 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 ਮਾਮਾ ਦੇ ਬੱਚਿਆਂ ਦਾ ਉਧਰ ਉਹ ਨੱਬੀ ਜੀ ਬੈਠੇ ਸਾਰਿਆਂ ਦਾ ਸਵਾਗਤ ਕਰਨ ਵਾਸਤੇ ਹੈ ਨਾਨੀ ਜੀ ਨਾਨੀ ਜੀ ਵੈਲਕਮ ਕਰੋ ਸਾਰਿਆਂ ਬੀਜੀ ਫੌਜਾਂ ਬਹੁਤ ਜ਼ਿਆਦੀਆਂ ਨੇ ਇਧਰ ਕਰਦੀਆਂ ਫਿਰ ਉਹ ਸੱਸ ਦੇ ਕਾਲ ਮੂੰਹ ਤੇ ਮਿੱਠਾ ਕਰਾਇਆ ਵੀ ਉੱਤੇ ਜਾ ਕੇ ਕਰਾਉਣਗੇ ਹੁਣ ਨਹੀਂ ਪਹਿਲੋ ਪਾਣ ਦੇ ਲੋਕਾਂ ਦਾ ਵੀ ਅੰਦਰ ਫਾਇਰ ਐਵੇਂ ਜੁੱਤੇ ਪਾਸੇ
ਐਵੇਂ ਆਪਣੇ ਕੋਲ ਹੀ ਇੱਦਾਂ ਹੀ ਆਪਾਂ ਮੌਕੇ ਨਾਲ ਖਾ ਖੂ ਲਈਦਾ ਚਲੋ 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 ਆ ਜਾਓ ਬੀਜੀ ਰਹਿਣ ਤੋਂ ਕੋਈ ਗੱਲ ਨਹੀਂ ਆਪਾਂ ਵਧੀਆ ਕੋਈ ਗੱਲ ਨਹੀਂ ਚਾਹ ਬਣਾਓ ਥੋੜੀ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਛੋਟੇ ਮਾਮੀ ਜੀ ਘਰੇ ਇੱਧਰ ਆਪਣਾ ਸੁਖਮਨ ਐ ਸੁਖਮਨ ਇਹ ਆ ਛੋਟੇ ਮਾਮਾ ਜੀ ਦਾ ਬੇਟਾ ਤੇ ਸੁਖੂ ਕਾਕਾ ਸਾਡਾ ਸਭ ਤੋਂ ਪਿਆਰਾ ਇੱਧਰ ਸਾਡੇ ਛੋਟੇ ਮਾਮੀ ਜੀ ਚਲੋ ਫਿਰ ਹਰਮਨ ਸਪੈਸ਼ਲ ਹੈਲੋ ਇਹ ਮੇਰੀ ਛੋਟੀ ਭੈਣ ਛੋਟੀ ਮਾਮਾ ਜੀ ਦੀ ਬੇਟੀ ਛੋਟੀ ਭੈਣ ਸਾਰਿਆਂ ਨੂੰ ਆਪਾਂ ਸੈੱਟ ਕਰਕੇ ਬਿਠਾਤਾ ਆ ਗਰਮੀ ਬਹੁਤ ਜ਼ਿਆਦਾ ਆ ਇੱਧਰ ਵੀ ਪੈ ਗਏ ਆ ਲਓ ਜੀ ਆ ਬਣੀ ਗਈ ਹੈ ਸੁਖਮਨ ਨੂੰ ਮੰਮਾ ਵੀ ਆਏ ਹੱਥ ਪੀੜ ਨੂੰ ਲੱਭਿਆ ਕਹਿੰਦਾ ਹੁਣ ਵਾਰੀ ਆ ਕੋਮਲ ਪਲਕ ਦੀ ਵਿੱਕੀ ਨੂੰ ਰੱਖਣੀ ਨਾਨੀ ਜੀ ਨੇ ਕਿਹਾ ਆ ਨਾਨੀ ਜੀ ਨੇ ਕਿਹਾ ਆ ਭਰਾ ਯੂਟਿਊਬਰ ਆ ਕੁੜੀ ਕਹਿੰਦੀ ਦੇਖ ਲਾ ਵਾਕਿਆ ਹੀ ਕੋਮਲ ਮੈਂ ਸਿਆਣੀ ਮੈਂ ਨੀ ਕੁਛ ਵੀ ਮੰਗਣਾ ਹੁਣ ਇਹਨੇ ਮੰਗਣਾ ਵੀ ਨੀ ਆ ਹਨਾ ਵੀ ਕੋਮਲ ਸੋਚ ਦਿਓ ਕਿ ਇੰਨੀ ਵੀ ਨੀ ਮੈਂ ਸਿਆਣੀ ਹੈਗੀ ਨਹੀਂ ਨਹੀਂ ਉਹਨੇ ਨੀ ਮੰਗਣਾ ਮੈਨੂੰ ਪਤਾ ਤੇ ਮੈਨੂੰ ਮਾਣ ਆ ਭਰਾਵਾ ਦੇਖੋ ਤੁਸੀਂ ਕੋਮਲ ਚਾਹੀਦਾ ਵਾ ਮੰਗ ਪੁੱਤ ਕੋਮਲ ਚਾਹੀਦਾ ਆ ਪੈਸੇ ਮੰਗ ਪੈਸੇ ਮੰਗ ਵੀਰ ਕੋ ਚਲੋ ਜੀ ਇੱਧਰ ਵੀ ਹੋ ਗਿਆ ਡਨ ਲਓ ਜੀ ਮਾਮਾ ਜੀ ਦੀ ਆ ਗਈ ਰੱਖੜੀ ਅੰਕਲ ਇੱਥੇ ਨਹੀਂ ਨਾ ਹੈਗੇ ਇਸ ਕਰਕੇ ਮੰਮੀ ਜੀ ਦੀ ਰੱਖੜੀ ਭੂਈ ਜੀ ਨੂੰ ਦੇ ਦਿੱਤੀ ਹੋਈ ਹੁਣ ਹੁਣ ਸਾਰਿਆਂ ਨੇ ਕਹਿਣਾ ਭਾਬੀ ਅੰਕਲ ਜੀ ਕਿਉਂ ਕਹਿੰਦੇ ਆ ਮੈਂ ਦੱਸ ਦਿੱਤਾ ਹੋਇਆ ਉਹ ਹੁਣ ਸਾਡੇ ਮਾਮਾ ਜੀ ਆ ਦੋਲੀ ਦੋਲੀ ਪਰ ਮੂੰਹ ਤੇ ਉਹ ਗੱਲ ਚੜੀ ਹੈ ਨਾ ਹਾਂ ਤੇ ਚਲੋ ਠੀਕ ਹੈ ਜੀ ਇਦਾਂ ਹੀ ਆਪਾਂ ਹਰ ਵਾਰੀ ਵਲੌਗ ਲੈ ਕੇ ਆਵਾਂਗੇ ਵਧੀਆ ਤੋਂ ਵਧੀਆ ਨਵੇਂ ਤੋਂ ਨਵੇਂ ਠੀਕ ਹੈ ਓਕੇ ਬਾਏ 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 ਮੇਰੇ ਵੱਲੋਂ ਵੀ ਬਾਏ ਜ਼ਰੂਰ ਦੱਸਿਓ ਕਿ ਵਲੌਗ ਕਿੱਦਾਂ ਲੱਗਾ